ਸਤਿ ਸ੍ਰੀ ਅਕਾਲ ਵਿਮਨਸ ਵਰਲਡ ਕੱਪ ਸ਼ੁਰੂ ਹੋ ਗਿਆ ਕ੍ਰਿਕਟ ਦਾ ਇੰਡੀਆ ਵਰਸਸ ਪਾਕਿਸਤਾਨ ਇੰਨਾ ਵੱਡਾ ਮੈਚ ਇੰਡੀਆ ਨੇ ਜਿੱਤ ਵੀ ਲਿਆ ਪਰ ਸ਼ਾਇਦ ਮੈਚ ਦੀ ਇੰਨੀ ਚਰਚਾ ਨਹੀਂ ਹੋਈ ਜਿੰਨੀ ਮੈਚ ਤੋਂ ਬਾਅਦ ਦੀ ਇੱਕ ਵੀਡੀਓ ਜਿਹੜੀ ਬਾਹਰ ਆਈ ਹੈ ਉਹਦੀ ਚਰਚਾ ਹੋ ਰਹੀ ਹੈ ਮੈਚ ਤੋਂ ਬਾਅਦ ICC ਨੇ ਖੁਦ ਇੱਕ ਹਾਰਟ ਵਾਰਮਿੰਗ ਮੂਮੈਂਟ ਸ਼ੇਅਰ ਕੀਤਾ ਜਦੋਂ ਇੰਡੀਅਨ ਪਲੇਅਰਸ ਪਾਕਿਸਤਾਨ ਦੀ ਕੈਪਟਨ ਬਿਸਮਾ ਮਾਰੂਫ ਦੀ ਬੇਬੀ 6 ਮਹੀਨੇ ਦੀ ਫਾਤਿਮਾ ਨਾਲ ਖੇਡਦੇ ਹੋਏ ਨਜ਼ਰ ਆਏ ਇੰਡੀਅਨ ਪਲੇਅਰ ਨਾ ਸਿਰਫ ਉਹਦੇ ਨਾਲ ਖੇਡ ਰਹੇ ਸੀਗੇ ਪਰ ਕਈ ਸੈਲਫੀਜ਼ ਲਈਆਂ ਉਹਦੇ ਨਾਲ ਵੀਡੀਓਜ਼ ਬਣਾਈਆਂ ਅਤੇ ਜਿਵੇਂ ਛੋਟਾ ਜਿਹਾ ਬੱਚਾ ਆਪਣੀ ਮਾਂ ਦੇ ਮੋਢੇ 'ਤੇ ਲੱਗ ਕੇ ਪਿਆ ਹੀ ਹੁੰਦਾ ਉਹ ਸਾਰੀ ਪਲੇਅਰਸ ਨਾਲ ਹੱਸਦਾ ਖੇਡਦਾ ਦਿਖਾਈ ਦਿੱਤਾ ਮਾਰੂਫ ਜੋ ਇਸ ਤੋਂ ਪਹਿਲਾਂ ਮਾਂ ਬਣਨ 'ਤੇ ਰਿਟਾਇਰ ਹੋਣ ਦੀ ਸੋਚ ਰਹੀ ਸੀ ਇੰਟਰਨੈਸ਼ਨਲ ਕ੍ਰਿਕਟ ਤੋਂ ਪਰ ਪਾਕਿਸਤਾਨ ਦੇ ਕ੍ਰਿਕਟ ਬੋਰਡ ਨੇ ਇੱਕ ਬੜੀ ਵਧੀਆ ਨਵੀਂ ਪਾਲਿਸੀ ਸ਼ੁਰੂ ਕੀਤੀ ਪਿਛਲੇ ਸਾਲ ਜਿਹਦੇ 'ਚ 12 ਮਹੀਨੇ ਦੀ ਪੇਡ ਲੀਵ ਦਿੱਤੀ ਜਾਂਦੀ ਹੈ ਅਤੇ ਨਾਲ ਹੀ ਅਗਲੇ ਸਾਲ ਦਾ ਕੰਟਰੈਕਟ ਵੀ ਪੱਕਾ ਹੁੰਦਾ ਸੋ ਜੋ ਕਿਸਮਤ ਨੂੰ ਮਨਜ਼ੂਰ ਸੀ ਉਹ ਹੋਇਆ ਅਤੇ ਇਸ ਵੇਲੇ ਮਾਰੂਫ ਪਾਕਿਸਤਾਨ ਦੀ ਵਰਲਡ ਕੱਪ ਟੀਮ ਦੀ ਕੈਪਟਨ ਮੈਨੂੰ ਲੱਗਦਾ ਹੈ ਬਹੁਤ ਹੀ ਵਧੀਆ ਜੈਸਚਰ ਬੜੀ ਵਧੀਆ ਸਪੋਰਟਸਮੈਨਸ਼ਿਪ ਅਤੇ ਇੱਕ ਵਧੀਆ ਇੰਡੋ ਪਾਕ ਰਿਲੇਸ਼ਨਸ ਨੂੰ ਸਟਰੈਂਥਨ ਕਰਨ ਵਾਲੀ ਵੀਡੀਓ ਹੈ ਜਿਹੜੀ ਇਸ ਵੇਲੇ ਸੋਸ਼ਲ ਮੀਡੀਆ 'ਤੇ ਬਹੁਤ ਚੱਲ ਵੀ ਰਹੀ ਹੈ ਵਧੀਆ ਗੱਲ ਇਹ ਵੀ ਹੈ ਕਿ ਮਾਰੂਫ ਜਿੱਥੇ ਇੱਕ ਬਹੁਤ ਵੱਡੀ ਪਲੇਅਰ ਹੈ ਪਾਕਿਸਤਾਨ ਦੀ ਉੱਥੇ ਸਾਡੇ ਵੱਡੇ ਪਲੇਅਰਸ ਹਰਮਨਪ੍ਰੀਤ ਵਰਗੇ ਦਿੱਗਜ ਪੁਰਾਣੇ ਖਿਡਾਰੀ ਸ਼ਿਫਾਲੀ ਵਰਮਾ ਵਰਗੇ ਨਵੇਂ ਡਾਇਨਾਮਿਕ ਪਲੇਅਰਸ ਇਹ ਸਾਰੀ ਉਹ 6-7 ਪਲੇਅਰਸ ਵਿੱਚੋਂ ਸੀਗੇ ਜਿਹੜੇ ਉਸ ਬੇਬੀ ਨਾਲ ਖੇਡਦੇ ਦਿਖਾਈ ਦਿੱਤੇ ਇਹ ਬਹੁਤ ਹੀ ਵਧੀਆ ਅਤੇ ਜ਼ਰੂਰੀ ਚੀਜ਼ ਹੈ ਜੋ ਸਾਨੂੰ ਚਾਹੀਦੀ ਹੈ ਇੰਡੋ ਪਾਕ ਰਿਲੇਸ਼ਨਸ ਨੂੰ ਸਟਰੈਂਥਨ ਕਰਨ ਲਈ ਇਹੋ ਜਿਹੇ ਰੋਲ ਮਾਡਲਸ ਮੈਨੂੰ ਲੱਗਦਾ ਸਾਨੂੰ ਚਾਹੀਦੇ ਆ ਇਹੋ ਜਿਹੇ ਹੀਰੋਜ਼ ਸਾਨੂੰ ਚਾਹੀਦੇ ਆ ਜਿਹੜੇ ਪਿਆਰ ਫੈਲਾਉਣ ਅਤੇ ਜਿਹੜੇ ਵਧੀਆ ਸਪਿਰਿਟ ਫੈਲਾਉਣ ਦੀ ਗੱਲ ਕਰਨ ਦੂਜੇ ਪਾਸੇ ਮਾਰੂਫ ਇੱਕ ਬਹੁਤ ਹੀ ਵਧੀਆ ਇਗਜ਼ੈਂਪਲ ਸੈੱਟ ਕਰ ਰਹੀ ਹੈ ਇਹ ਕਹਿ ਦੇਣਾ ਕਿ ਕਿਉਂਕਿ ਇਹਨੇ ਘਰ ਗ੍ਰਹਿਸਤੀ ਸਾਂਭਣੀ ਹੈ ਤਾਂ ਇਹ ਕੰਮ ਨਹੀਂ ਕਰ ਸਕਦੀ ਜਾਂ ਉਹ ਨਹੀਂ ਕਰ ਸਕਦੀ ਜੋ ਇਹ ਚਾਹੇ ਇਹ ਉਸ ਨੋਸ਼ਨ ਨੂੰ ਤੋੜਨ ਵਾਲੀ ਗੱਲ ਹੈ ਮਾਂ ਬਣਨ ਦੇ ਬਾਵਜੂਦ ਇੰਟਰਨੈਸ਼ਨਲ ਕ੍ਰਿਕਟ ਇਹ ਕੁੜੀ ਖੇਡ ਰਹੀ ਹੈ ਇਸ ਤੋਂ ਪਹਿਲਾਂ ਦੀ ਇੰਟਰਵਿਊਜ਼ ਵਿੱਚ ਮਾਰੂਫ ਨੇ ਕਿਹਾ ਕਿ ਇੱਕ ਬੱਚੇ ਨੂੰ ਆਪਣੀ ਮਾਂ ਦੀ ਜ਼ਰੂਰਤ ਜ਼ਰੂਰ ਹੁੰਦੀ ਹੈ ਖਾਸ ਕਰਕੇ ਇੰਨੇ ਛੋਟੇ ਬੱਚੇ ਨੂੰ ਸੋ ਜੇ ਮੈਂ ਕਰੀਅਰ ਕੰਟੀਨਿਊ ਕਰਨਾ ਸੀਗਾ ਤਾਂ ਸਵਾਲ ਬਹੁਤ ਉੱਠਣੇ ਸੀਗੇ ਕਿ ਮੇਰਾ ਬੱਚਾ ਕਿੱਥੇ ਜਾਏਗਾ ਜਦੋਂ ਮੈਂ ਫੀਲਡ 'ਤੇ ਹਾਂ ਤਦੋਂ ਉਹਦਾ ਖਿਆਲ ਕੌਣ ਰੱਖੇਗਾ ਇੱਕ ਕਹਿੰਦੀ ਨੈਨੀ ਮੈਂ ਰੱਖ ਸਕਦੀ ਸੀਗੀ ਜਿਹੜੀ ਬਾਈ ਵਗੈਰਾ ਹੁੰਦੀ ਹੈ ਬੱਚੇ ਸਾਂਭਣ ਵਾਲੀ ਪਰ ਵਿਮੈਨਸ ਕ੍ਰਿਕਟ ਇੰਨੇ ਪੈਸੇ ਨਹੀਂ ਦਿੰਦਾ ਕਿ ਮੈਂ ਇੰਨੀ ਐਕਸਪੈਂਸਿਵ ਨੈਨੀ ਅਫੋਰਡ ਕਰ ਸਕਾਂ ਬੜੀ ਇੰਪੋਰਟੈਂਟ ਇਸ ਗੱਲ 'ਤੇ ਵੀ ਉਹਨੇ ਪੁਆਇੰਟ ਆਊਟ ਕਰਤਾ ਉਹ ਕਹਿੰਦੇ ਜਿਹੜੇ ਵਿਮੈਨ ਕ੍ਰਿਕਟ ਦੇ ਕੰਟਰੈਕਟਸ ਨੇ ਉਹ ਉਨੇ ਕੀ ਹੈ ਕਿ ਬਸ ਅਸੀਂ ਆਪਣਾ ਘਰ ਚਲਾ ਸਕੀਏ ਅਤੇ ਇੱਕ ਪੇਰੈਂਟਲ ਪੋਲਿਸੀ ਤੋਂ ਇਲਾਵਾ ਮੇਰੇ ਲਈ ਕੰਟੀਨਿਊ ਕਰਨਾ ਕ੍ਰਿਕਟ ਖੇਡਣਾ ਬਹੁਤ ਮੁਸ਼ਕਿਲ ਹੋ ਜਾਣਾ ਸੀਗਾ ਸੋ ਇਹ ਪੇਰੈਂਟਲ ਪੋਲਿਸੀ ਪਾਕਿਸਤਾਨ ਦੀ ਬਹੁਤ ਅੱਛੀ ਹੈ ਹੋਪਫੁਲੀ ਨਾ ਸਿਰਫ ਹੋਰ ਦੇਸ਼ਾਂ 'ਚ ਪਰ ਹੋਰ ਫੀਲਡਸ ਵਿੱਚ ਵੀ ਇਹ ਅਪਲਾਈ ਹੋਏਗੀ ਮਾਰੂਫ ਨੇ ਇਹ ਵੀ ਕਿਹਾ ਕਿ ਇੱਕ ਬੱਚਾ ਆਸ ਪਾਸ ਹੋਣ ਨਾਲ ਟੀਮ ਦੀ ਐਨਰਜੀ ਬਦਲ ਜਾਂਦੀ ਹੈ ਸਾਰੇ ਬਹੁਤ ਰਿਲੈਕਸਡ ਫੀਲ ਕਰਦੇ ਹੈ ਅਤੇ ਬਹੁਤ ਲਾਈਟ ਰਹਿੰਦੇ ਨੇ ਅਤੇ ਹਸੀ ਮਜ਼ਾਕ ਬੱਚੇ ਨਾਲ ਖੇਡ ਕੇ ਉਹਨਾਂ ਦੀ ਥਕਾਨ ਅੱਧੀ ਐਵੇਂ ਉੱਤਰ ਜਾਂਦੀ ਹੈ ਖਾਸ ਕਰਕੇ ਉਹ ਕਹਿੰਦੇ ਜੇ ਤੁਸੀਂ ਇੱਕ ਚੀਜ਼ 'ਤੇ ਇੰਨਾ ਫੋਕਸ ਕਰਦੇ ਹੋ ਕਿਉਂਕਿ ਇੰਨੇ ਪ੍ਰੈਸ਼ਰ ਹਾਈ ਪ੍ਰੈਸ਼ਰ ਗੇਮਸ ਹੁੰਦੀਆਂ ਨੇ ਤਾਂ ਉਹ ਪ੍ਰੈਸ਼ਰ ਤੁਹਾਨੂੰ ਬਹੁਤ ਤੰਗ ਕਰ ਸਕਦਾ ਹੈ ਅਤੇ ਜਦੋਂ ਐਵੇਂ ਇੱਕ ਬੱਚਾ ਛੋਟਾ ਜਿਹਾ ਬੱਚਾ ਪਿਆਰਾ ਜਿਹਾ ਤੁਹਾਡੇ ਕੋਲ ਹੋਵੇ ਤਾਂ ਉਹ ਅਨਨੈਸੈਸਰੀ ਜਿਹੜੀ ਟੈਨਸ਼ਨ ਹੈ ਜਾਂ ਫਿਕਰਾਂ ਨੇ ਉਹ ਗਾਇਬ ਹੋ ਜਾਂਦੀਆਂ ਨੇ ਮੈਨੂੰ ਇਹ ਕਹਾਣੀ ਬੜੀ ਪਸੰਦ ਆਈ ਅਤੇ ਮੈਨੂੰ ਖੁਸ਼ੀ ਹੋਈ ਕਿ ਇਹੋ ਜਿਹੀ ਕਹਾਣੀ ਸੋਸ਼ਲ ਮੀਡੀਆ 'ਤੇ ਇੰਨੀ ਜ਼ਿਆਦਾ ਚੱਲ ਰਹੀ ਹੈ ਸ਼ਾਇਦ ਵਾਇਰਲ ਵੀ ਹੋ ਰਹੀ ਹੈ ਉਮੀਦ ਕਰਦੇ ਹਾਂ ਇਹੋ ਜਿਹੀ ਵਧੀਆ ਸਟੋਰੀਜ਼ ਇਹੋ ਜਿਹੇ ਔਖੇ ਟਾਈਮ ਵਿੱਚ ਸਾਨੂੰ ਮਿਲਦੀ ਰਹੇਗੀ ਕਿਉਂਕਿ ਮੈਂ ਹਰ ਰੋਜ਼ ਇੱਕ ਪੋਜ਼ਿਟਿਵ ਖਬਰ ਤੁਹਾਡੇ ਲਈ ਪੇਸ਼ ਜ਼ਰੂਰ ਕਰਦਾ ਹਾਂ ਸੋ ਦੇਖਦੇ ਰਹੋ ਪੰਜਾਬ ਟੁਡੇ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਸਤਿ ਸ਼੍ਰੀ ਅਕਾਲ